ਮੈਂ ਮਲੇਰਕੋਟਲਾ ਤੋਂ ਹਾਂ ਐਕਚੁਅਲੀ। ਹਫ਼ਤਾ ਕੁ ਪਹਿਲਾਂ ਮੈਂ ਗੱਡੀ ਕਢਵਾਈ ਸੀਗੀ ਅਤੇ ਮੇਰਾ ਸੀਟ ਕਵਰ ਦਾ ਕੰਮ ਪੈਂਡਿੰਗ ਸੀਗਾ। ਮੈਂ ਸੀਟ ਕਵਰ ਪਵਾਉਣ ਆਇਆ ਸੀਗਾ ਅੱਜ ਸਵੇਰੇ 10 ਵਜੇ ਪਹੁੰਚਿਆ ਸੀ ਇੱਥੇ ਅਤੇ ਗੱਡੀ ਨੀਚੇ ਲਾਈ ਹੋਈ ਸੀਗੀ, ਕੰਮ ਚੱਲ ਰਿਹਾ ਸੀਗਾ ਬਹੁਤ ਵਧੀਆ, ਪਰ ਲੰਚ ਕਰਕੇ ਹਟੇ ਸੀਗੇ ਅਜੇ। ਅਤੇ ਉਸ ਤੋਂ ਬਾਅਦ ਅਚਾਨਕ ਮੈਂ ਜਦੋਂ ਨੀਚੇ ਗਿਆ ਚਾਰਜਰ ਲੈਣ ਗਿਆ, ਚਾਰਜਰ ਲੈ ਕੇ ਮੈਂ ਉੱਪਰ ਆਇਆ ਗੱਡੀ ਵਿੱਚੋਂ ਅਤੇ ਬੈਠੇ ਜੀ ਆ ਕੇ ਚਾਹ ਵਗੈਰਾ ਪੀਤੀ, ਜਾਨੂੰ ਭਾਜਣਾ ਪੈ ਗਿਆ, ਮੈਨੂੰ ਲੱਗਿਆ ਕਿਸੇ ਦੀ ਸ਼ਾਇਦ ਲੜਾਈ ਹੋ ਗਈ। ਜਦੋਂ ਮੈਂ ਉੱਠ ਕੇ ਦੇਖਿਆ ਤਾਂ ਧੂੰਆਂ ਆ ਰਿਹਾ ਸੀ ਬਹੁਤ ਜ਼ਿਆਦਾ, ਫਿਰ ਮੈਂ ਬਾਹਰ ਆ ਕੇ ਦੇਖਿਆ ਤਾਂ ਅੱਗ ਲੱਗੀ ਹੋਈ, ਦੇਖਿਆ ਬੇਸਮੈਂਟ 'ਚ ਅੱਗ ਲੱਗੀ ਸੀ। ਮੇਰੀ ਗੱਡੀ ਵੀ ਅੰਦਰ ਹੀ ਚੱਲ ਗਈ, ਮੇਰੀ XUV 700। ਤੁਹਾਨੂੰ ਅੱਗ ਲੱਗਣ ਦਾ ਕਾਰਨ ਪਤਾ ਲੱਗਿਆ ਕੁਛ? ਸਰ ਅੱਗ ਲੱਗਣ ਦਾ ਅਜੇ ਕਾਰਨ ਕੁਛ ਨਹੀਂ ਪਤਾ, ਜਿੱਥੇ ਤੱਕ ਮੇਰੀ ਸਮਝ ਹੈ ਪਹਿਲਾਂ ਲਾਈਟ ਗਈ ਹੋਈ ਸੀਗੀ, ਹੋ ਸਕਦਾ ਵੀ ਜਦੋਂ ਲਾਈਟ ਆਈ ਉਸ ਤੋਂ ਬਾਅਦ ਮੇਬੀ ਕੋਈ ਸ਼ਾਰਟ ਸਰਕਿਟ ਹੋ ਗਿਆ ਜਾਂ ਕਿੱਦਾਂ, ਇੰਨਾ ਕੁ ਜ਼ਰੂਰ ਕਹਿ ਸਕਦੇ ਹਾਂ ਪਰ ਅਜੇ ਕਾਰਨ ਦਾ ਨਹੀਂ ਪਤਾ ਲੱਗਿਆ। ਸਿੰਘ ਜੀ ਬਰਿੰਡੇ ਤੋਂ ਹੈ। ਅੱਛਾ ਭਾਈ ਜੀ, ਤੁਸੀਂ ਜਦੋਂ ਸੜਕ ਤੇ ਜਾ ਰਹੇ ਸੀ ਕੀ ਦੇਖਿਆ ਤੁਸੀਂ? ਅੱਗ ਦੀਆਂ ਲੌਟਾਂ ਸੀ ਭਾਈ ਜੀ, ਬਹੁਤ ਜ਼ਿਆਦਾ ਉੱਚੀਆਂ ਨਿਕਲੀ ਜਾਂਦੀਆਂ, ਲੋਕ ਦੇਖ ਤਾਂ ਰਹੇ ਸੀ ਕੋਈ ਗਾਹ ਨਹੀਂ ਜਾ ਰਿਹਾ ਸੀ। ਅਸੀਂ ਤਿੰਨਾਂ ਜਣਿਆਂ ਨੇ ਅੰਦਰ ਵੜ ਕੇ ਦੋ ਗੱਡੀਆਂ ਕੱਢੀਆਂ ਜੀ, ਇੱਕ ਤਾਂ ਮਹਿੰਦਰਾ ਦਾ ਪਿਕਅਪ ਡਾਲਾ, ਇੱਕ ਜੀ ਸਕਾਰਪੀਓ ਗੱਡੀ, ਧੂੰਆਂ ਬਹੁਤ ਜ਼ਿਆਦਾ ਜੀ, ਲੌਟਾਂ ਬਹੁਤ ਉੱਚੀਆਂ ਸੀ ਅਤੇ ਫਾਇਰ ਬ੍ਰਿਗੇਡ ਲੇਟ ਆਈ ਹੈ ਜੀ, ਫਾਇਰ ਬ੍ਰਿਗੇਡ 20-25 ਮਿੰਟ ਲੇਟ ਆਈ ਹੈ ਫੋਨ ਕਰਨ ਤੋਂ ਬਾਅਦ। ਲਖਬੀਰ ਸਿੰਘ ਜੋਲੀ, ਮੈਨੇਜਰ ਅਤੇ ਕਮਰਸ਼ੀਅਲ ਵਹੀਕਲ ਦਾ। ਸਰ ਕਿੰਨਾ ਕੁ ਨੁਕਸਾਨ ਹੋਇਆ ਜੀ? ਦੋ ਤਿੰਨ ਗੱਡੀਆਂ ਕਸਟਮਰ ਦੀਆਂ ਨੇ, ਇੱਕ ਦੋ ਗੱਡੀ ਆਪਣੀ ਪੈ ਗਈ ਨੇ। ਅੱਛਾ ਜੀ, ਹਾਂ ਬਾਕੀ ਜੇ ਦੇਖ ਰਿਹਾ, ਚੈੱਕ ਕਰ ਰਿਹਾ ਕਿ ਨੁਕਸਾਨ ਕਿੰਨਾ ਕਿੰਨਾ ਹੋਇਆ ਹੈਗਾ। ਅੱਛਾ, ਕਾਰਨ ਕੀ ਮੰਨੋ? ਸ਼ੋਰਟ ਸਰਕਟ ਹੋ ਸਕਦਾ ਹੈ ਜੀ। ਸਰ ਜੇ ਆਪਾਂ ਏਜੰਸੀ ਦੀ ਗੱਲ ਕਰੀਏ, ਇਹਦੇ 'ਚ ਫਾਇਰ ਸਿਸਟਮ ਹੈਗਾ ਸੀਗਾ ਕਿ ਜਿਹੜੇ ਅੱਗ ਬੁਝਾਉਂਦੇ ਆ ਆਪਾਂ? ਸਾਰਾ ਕੁਝ ਹੋਣਾ ਸਰ। ਅੱਛਾ ਜੀ, ਹਾਂਜੀ, ਠੀਕ। ਇੰਦਰਾ ਏਜੰਸੀ 'ਚ ਅੱਗ ਲੱਗੀ, ਕਿੰਨੀਆਂ ਗੱਡੀਆਂ ਦਾ ਨੁਕਸਾਨ ਹੋਇਆ, ਕੋਈ ਜਾਨੀ ਮਾਲੀ ਨੁਕਸਾਨ? ਸਾਨੂੰ ਥੋੜ੍ਹਾ ਟਾਈਮ ਪਹਿਲਾਂ ਇਤਲਾਹ ਮਿਲੀ ਸੀ ਕਿ ਮਹਿੰਦਰਾ ਦੀ ਏਜੰਸੀ ਹੈਗੀ ਪਾਤਲਾ ਰੋਡ ਦੇ ਉੱਪਰ, ਕਾਰਾਂ ਦੀ ਏਜੰਸੀ ਹੈਗੀ ਸੰਗਰੂਰ ਵਿਖੇ, ਕਿ ਉਹਦੇ 'ਚ ਬੇਸਮੈਂਟ ਦੇ ਵਿੱਚ ਅੱਗ ਲੱਗੀ ਹੈ ਜਿਸ ਦੇ ਵਿੱਚ ਕਾਫੀ ਸਾਰੀਆਂ ਗੱਡੀਆਂ ਹੈਗੀਆਂ ਨੇ। ਅਸੀਂ ਮੌਕੇ 'ਤੇ ਪਹੁੰਚ ਕੇ ਗੱਡੀਆਂ ਵਗੈਰਾ ਕਢਵਾਈਆਂ, ਅੰਦਰੋਂ ਫਾਇਰ ਬ੍ਰਿਗੇਡ ਬੁਲਵਾ ਕੇ ਅਸੀਂ ਅੱਗ 'ਤੇ ਕਾਬੂ ਪਾ ਲਿਆ ਗਾ। ਬਾਕੀ ਹਜੇ ਕਿੰਨਾ ਨੁਕਸਾਨ ਹੈਗਾ, ਕੀ ਹੋਇਆ, ਕਿੱਦਾਂ ਅੱਗ ਲੱਗੀ ਹੈ, ਉਹਦੀ ਸਾਰੀ ਅਸੀਂ ਜਾਂਚ ਕਰ ਰਹੇ ਹਾਂਗੇ ਜਿਵੇਂ ਵੀ ਕੋਈ ਹੋਏਗਾ। ਸਾਡੇ ਕੋਲ 3 ਫਾਇਰ ਬ੍ਰਿਗੇਡ ਦੀਆਂ ਗੱਡੀਆਂ ਆਈਆਂ ਸੀ, ਉਹ ਰੀਫਿਲ ਕਾਫੀ ਵਾਰੀ ਹੋ ਕੇ ਕਾਫੀ ਜਦੋਂ ਜਿਹੇ ਦਿਨ ਜਿਹੜਾ ਹੈਗੇ ਤੇ ਕੰਟਰੋਲ ਕੀਤਾ। ਕਿੰਨੀਆਂ ਗੱਡੀਆਂ ਨੂੰ ਨੁਕਸਾਨ ਹੋਇਆ? ਉਹ ਹਜੇ ਇਹਨਾਂ ਦੇ ਮੁਤਾਬਕ ਜੋ ਰਿਪੋਰਟ ਦੇਣਗੇ ਜਾਂ ਆਫਟਰ ਇਨਕੁਆਇਰੀ ਜੋ ਵੀ ਹੋਏਗਾ, ਜੋ ਜਾਂਚ ਦੌਰਾਨ ਪਤਾ ਲੱਗੇਗਾ, ਉਸ ਤੋਂ ਬਾਅਦ ਹੀ ਕੁਝ ਕਹਿ ਸਕਦੇ। ਸਾਨੂੰ 3:04 'ਤੇ ਸੂਚਨਾ ਮਿਲੀ ਕਿ ਮਹਿੰਦਰਾ ਏਜੰਸੀ 'ਚ ਪਾਤਲਾ ਰੋਡ 'ਤੇ ਅੱਗ ਲੱਗੀ ਹੋਈ ਹੈ। ਮੈਂ ਅਤੇ ਮੇਰੀ ਟੀਮ ਜਿਹੜੀ ਹੈ, ਇੱਕ ਫਾਇਰ ਟੈਂਡਰ ਦਫ਼ਤਰ ਤੋਂ ਲੈ ਕੇ ਇੱਕ ਫਾਇਰ ਟੈਂਡਰ ਸਾਡਾ ਸਿਧਾਣਾ ਸਾਹਿਬ ਗੁਰਦੁਆਰੇ ਦੇ ਲਵੇ ਖੜਾ ਹੈ, ਉੱਧਰੋਂ ਜਿਹੜੇ ਦੋਨੋਂ ਫਾਇਰ ਟੈਂਡਰ ਨੇ ਮੌਕੇ 'ਤੇ ਪਹੁੰਚ ਗਏ ਅਤੇ ਮੌਕੇ 'ਤੇ ਪਹੁੰਚ ਕੇ ਦੇਖਿਆ ਕਿ ਜਿਹੜੀ ਅੱਗ ਸੀ ਉਹ ਜਿਹੜੀ ਹੈ ਬੇਸਮੈਂਟ 'ਚ ਲੱਗੀ ਹੋਈ ਸੀ, ਕਾਫੀ ਜ਼ਿਆਦਾ ਜਿਹੜੀ ਹੈ ਅੱਗ ਫੈਲ ਚੁੱਕੀ ਸੀ ਅਤੇ ਧੂੰਆਂ ਹੀ ਧੂੰਆਂ ਥਾ, ਅਤੇ ਅਸੀਂ ਜਿਹੜਾ ਹੈ ਕੰਟਰੋਲ ਅੱਗ ਨੂੰ ਕੰਟਰੋਲ ਕੀਤਾ। ਇੱਕ ਫਾਇਰ ਟੈਂਡਰ ਸਾਡਾ ਭਵਾਨੀਗੜ੍ਹ ਤੈਨਾਤ ਸੀ ਅਤੇ ਉਹਨੂੰ ਵੀ ਬੁਲਾਇਆ ਆਪਾਂ, 3 ਗੱਡੀਆਂ ਨਾਲ ਜਿਹੜੀ ਹੈ ਉਹ ਅੱਗ ਨੂੰ ਕੰਟਰੋਲ ਕਰ ਲਿਆ। ਸਰ ਕੋਈ ਜਾਨੀ ਮਾਲੀ ਨੁਕਸਾਨ ਤਾਂ ਨਹੀਂ ਹੋਇਆ? ਨਾ, ਮਾਲੀ ਨੁਕਸਾਨ ਤਾਂ ਹੈਗਾ ਜੀ, ਜਾਨੀ ਨੁਕਸਾਨ ਤੋਂ ਬਚਾਅ ਹੈ। ਕਿੰਨਾ ਕੁ ਨੁਕਸਾਨ ਲੱਗਾ? ਨੁਕਸਾਨ ਤਕਰੀਬਨ 3-4 ਗੱਡੀਆਂ ਜਿਹੜੀਆਂ ਨੇ ਉਹ ਸੜ ਕੇ ਸਵਾਹ ਹੋ ਗਈਆਂ ਨੇ ਅਤੇ ਕੁਛ ਗੱਡੀਆਂ ਨੂੰ ਜਿਹੜਾ ਹੈ ਉਹ ਸੇਕ ਲੱਗਿਆ ਹੈ। ਕਿਸੇ ਦੀ ਜਾਣਕਾਰੀ ਨਹੀਂ ਹੈ ਜੀ ਕਿ ਕਿਸ ਚੀਜ਼ ਨਾਲ ਲੱਗੀ ਹੋਈ ਹੈ, ਜਦੋਂ ਆਪਾਂ ਯਹਾਂ ਪੇ ਪਹੁੰਚੇ ਉਦੋਂ ਤੱਕ ਜਿਹੜੀ ਹੈ ਉਹ ਅੱਗ ਲੱਗ ਚੁੱਕੀ ਹੈ।